ਕੁਝ ਰੂਹਾਂ ਧਰਤੀ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਇਤਿਹਾਸ ਬਣਾ ਜਾਂਦੀਆਂ ਨੇ, ਕੁਝ ਰੂਹਾਂ ਧਰਤੀ ਤੇ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਇਤਿਹਾਸ ਦੀ ਮਜਬੂਰੀ ਬਣ ਜਾਂਦਾ। ਉਹਨਾਂ ਰੂਹਾਂ ਦੇ ਵਿੱਚੋਂ ਇੱਕ ਸ਼ਖਸੀਅਤ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਅਣਮੰਡੇ ਮੁਲਕ ਪੰਜਾਬ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਸਾਂਪਲਾ ਗੜੀ ਦੇ ਵਿੱਚ 1881 ਨੂੰ ਇੱਕ ਨਿਆਣਾ ਪੈਦਾ ਹੁੰਦਾ ਜਿਹਨੂੰ ਮਾਪੇ ਨਾਂ ਦਿੰਦੇ ਆ ਰਾਮ ਰਛਪਾਲ, ਲੇਕਿਨ ਘਰ ਚੋਂ ਸਭ ਤੋਂ ਛੋਟਾ ਹੋਣ ਕਰਕੇ ਨਾਂ ਪੈ ਜਾਂਦਾ ਛੋਟੂ। ਜੀ ਹਾਂ, ਮੈਂ ਸਰ ਛੋਟੂ ਰਾਮ ਜਾਂ ਚੌਧਰੀ ਛੋਟੂ ਰਾਮ ਦੀ ਗੱਲ ਕਰ ਰਿਹਾ। ਢੇਰ ਗਰੀਬ ਪਿਓ ਦਾ ਪੁੱਤਰ ਹੋਣ ਦੇ ਬਾਵਜੂਦ ਉਹਨਾਂ ਆਪਣੀ ਪੜ੍ਹਾਈ ਪੂਰੀ ਕੀਤੀ ਸੀਰਤ ਸਟੀਫਨ ਕਾਲਜ ਦਿੱਲੀ ਤੋਂ ਬੀਏ ਕੀਤਾ। ਇਸ ਤੋਂ ਵੱਖ ਲਾਹੌਰ ਤੋਂ ਉਹਨਾਂ ਲਾਅ ਦੀ ਡਿਗਰੀ ਲਈ 1911 ਤੋਂ ਬਾਅਦ ਉਹ ਆਗਰਾ ਤੇ ਲਾਹੌਰ ਦੇ ਵਿੱਚ ਪੜ੍ਹਾਉਂਦੇ ਵੀ ਰਿਹਾ। 1930 ਤੋਂ ਲੈ ਕੇ 1942 ਤੱਕ ਉਹਨਾਂ ਬ੍ਰਿਟਿਸ਼ ਰਾਜ ਕੋਲ ਬ੍ਰਿਟਿਸ਼ ਸਰਕਾਰ ਦੇ ਕੋਲੋਂ ਉਹਨਾਂ 22 ਐਕਟ ਕਿਸਾਨੀ ਦੇ ਹੱਕ ਦੇ ਵਿੱਚ ਪਾਸ ਕਰਾਏ, ਜਿਨ੍ਹਾਂ ਵਿੱਚੋਂ ਸ਼ਾਹੂਕਾਰ ਐਕਟ ਉਹਨਾਂ ਪਾਸ ਕਰਵਾਇਆ, ਜਿਹੜੇ ਬਾਣੀਏ ਕਿਸਾਨਾਂ ਨੂੰ ਕਰਜ਼ਾ ਦੇ ਕੇ ਉਹਨਾਂ ਦੇ ਕੋਲੋਂ ਮੂਲ ਵੀ ਲੈਂਦੇ ਸੀ, ਵਿਆਜ ਵੀ ਲੈਂਦੇ ਸੀ, ਵਿਆਜ ਦੇ ਉੱਤੇ ਫਿਰ ਵਿਆਜ ਲੈਂਦੇ ਸੀ, ਉਹ ਕਰਜ਼ੇ ਮਾਫ਼ੀ ਕਰਵਾਈ। ਇਸ ਤੋਂ ਵੱਖ ਉਹਨਾਂ ਐਕਟ ਪਾਸ ਕਰਾਇਆ, ਜਿਹੜੀਆਂ ਕੁਦਰਤੀ ਆਫ਼ਤਾਂ ਆਉਂਦੀਆਂ ਨੇ ਇਹਦੇ ਵਿੱਚ ਕਿਸਾਨਾਂ ਦੀ ਫਸਲ ਤਬਾਹ ਹੋ ਜਾਂਦੀ, ਇਹਦਾ ਮੁਆਵਜ਼ਾ ਸਰਕਾਰ ਕਿਸਾਨਾਂ ਨੂੰ ਪੇ ਕਰਦੀ ਹੁੰਦੀ ਸੀ। ਇਸ ਤੋਂ ਵੱਖ ਜਿਹੜੇ ਕਿਸਾਨਾਂ ਦੇ ਨਿਆਣੇ ਹੁੰਦੇ ਸੀ, ਹਿਸ਼ਿਆਰ ਚਲਾਕ ਜ਼ਿਹਨ ਰੱਖਣ ਵਾਲੇ, ਉਹਨਾਂ ਨੂੰ ਚੰਗੀਆਂ ਨੌਕਰੀਆਂ ਦਵਾਈਆਂ। ਇਸ ਤੋਂ ਵੱਖ ਜਾਟ ਗਜ਼ਟ ਨਾਂ ਦਾ ਇਹਨਾਂ ਅਖ਼ਬਾਰ ਕੱਢਿਆ, ਜਿਹਦੇ ਵਿੱਚ ਛੋਟੇ ਤਬਕੇ ਨੂੰ, ਛੋਟੀ ਲੁਕਾਈ ਨੂੰ, ਜੱਟਾਂ ਨੂੰ ਜਿਹੜਾ ਜਾਗ੍ਰਿਤੀ ਦਿੱਤੀ ਔਰ ਕਿਸਾਨੀ ਦੇ ਵਿੱਚ ਜਾਗ੍ਰਿਤੀ ਲੈ ਕੇ ਆਉਂਦੀ। ਇਸ ਤੋਂ ਵੱਖ ਇਹਨਾਂ ਯੂਨੀਅਨਿਸਟ ਪਾਰਟੀ 1923 ਦੇ ਵਿੱਚ ਕੰਮ ਕੀਤਾ, ਸਰ ਫੈਜ਼ਲ ਹੁਸੈਨ ਦੇ ਨਾਲ ਰਲ ਕੇ ਇਹਨਾਂ ਨੇ 15 ਸਾਲ ਤੱਕ ਪੰਜਾਬ ਦੇ ਵਿੱਚ ਇਹਨਾਂ ਦੀ ਪਾਰਟੀ ਛਾਈ ਰਹੀ ਔਰ ਇਹਨਾਂ ਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ। ਸਰ ਛੋਟੂ ਰਾਮ ਉਹ ਸ਼ਖਸੀਅਤ ਸੀ ਜੋ ਮੁਲਕ ਪੰਜਾਬ ਦੀ ਵੰਡ ਦੇ ਸਭ ਤੋਂ ਵੱਡੇ ਮੁਖਾਲਫ ਸੀ। ਇਹਨਾਂ ਸਰ ਸਿਕੰਦਰ ਆਜ਼ਾਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਇਹਨਾਂ ਨੇ ਪੰਜਾਬ ਦੀ ਵੰਡ ਦੀ ਮਨਾਹੀ ਕੀਤੀ ਸੀ ਕਿ ਅਸੀਂ ਪੰਜਾਬ ਦੀ ਤਕਸੀਮ ਨਹੀਂ ਹੋਣ ਦੇਵਾਂਗੇ। ਲੇਕਿਨ ਇਹੋ ਜਿਹੀਆਂ ਰੂਹਾਂ, ਇਹੋ ਜਿਹੇ ਲੋਕਾਂ ਦਾ ਸਮਾਂ ਦੁਨੀਆਂ ਤੇ ਘੱਟ ਹੁੰਦਾ, ਇਹ ਰੱਬ ਨੂੰ ਇਹੋ ਜਿਹੇ ਜੀ ਬਹੁਤ ਪਿਆਰੇ ਹੁੰਦੇ ਨੇ। 1945 ਦੇ ਵਿੱਚ ਸਰ ਛੋਟੂ ਰਾਮ ਦੀ ਡੈਥ ਹੋ ਜਾਂਦੀ ਆ, ਉਸ ਤੋਂ ਵੱਖ 1947 ਦੇ ਵਿੱਚ ਜਿਹੜਾ ਸਾਡਾ ਮੁਲਕ ਪੰਜਾਬ ਆ ਵੰਡਿਆ ਜਾਂਦਾ, ਸੂਬੇ ਬਣ ਜਾਂਦੇ ਆ। ਉਧਰਲੇ ਪਾਸੇ ਚੜ੍ਹਦੇ ਵਿੱਚੋਂ ਫਿਰ 2 ਸੂਬੇ ਕੱਢਤੇ, ਹਰਿਆਣਾ ਕੱਢਤਾ, ਹਿਮਾਚਲ ਕੱਢਤਾ, ਸਾਡਾ ਲਹਿੰਦਾ ਪੰਜਾਬ ਆ। ਇਹਦੇ ਵਿੱਚੋਂ ਵੀ 3 ਸੂਬੇ ਕੱਢਣ ਨੂੰ ਫਿਰਦੇ ਆ, ਪੰਜਾਬ ਨੂੰ ਰੇਜ਼ਾ ਰੇਜ਼ਾ ਕਰਕੇ ਖਤਮ ਕਰਨ ਨੂੰ ਫਿਰਦੇ ਆ। ਸਾਨੂੰ ਸਰ ਛੋਟੂ ਰਾਮ ਦੀ ਸੋਚ, ਸਾਨੂੰ ਯੂਨੀਵਰਸਲ ਪਾਰਟੀ ਵਰਗੀ ਕੋਈ ਪਾਰਟੀ ਚਾਹੀਦੀ ਆ ਜਿਹੜੇ ਸਾਡੇ ਪੰਜਾਬ ਨੂੰ, ਸਾਡੀ ਪੰਜਾਬੀਆਂ ਨੂੰ ਅੱਗੇ ਲੈ ਕੇ ਚੱਲੇ, ਜਿਵੇਂ ਯੂਨੀਵਰਸਲ ਪਾਰਟੀ ਹਿੰਦੂ, ਸਿੱਖ, ਮੁਸਲਿਮ ਤੇ ਸਾਰੇ ਜੱਟਾਂ ਨੂੰ ਲੈ ਕੇ, ਕਿਸਾਨ ਨੂੰ ਲੈ ਕੇ ਅੱਗੇ ਤੁਰੀ ਸੀ, ਇਵੇਂ ਦੀ ਕੋਈ ਪਾਰਟੀ ਸਾਨੂੰ ਵੀ ਲੈ ਕੇ ਤੁਰੇ। ਸੋ ਸਰ ਛੋਟੂ ਰਾਮ ਦੀ ਬਾਕੀ ਕਹਾਣੀ ਇਨਸ਼ਾਅੱਲਾ ਫਿਰ ਸੇ।